ਸਤਿ ਸ਼੍ਰੀ ਅਕਾਲ ਦੋਸਤੋ। ਇਸ ਸਮੇਂ ਦੇਸ਼ ਭਰ ਦੇ ਵਿੱਚ ਲੇਡੀ ਡਾਕਟਰਸ ਬਾਰੇ ਇੱਕ ਬਹਿਸ ਚੜੀ ਹੋਈ ਹੈ। ਕਲਕੱਤੇ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਉਸ ਘਟਨਾ ਤੋਂ ਬਾਅਦ ਦੇ ਵਿੱਚ ਹਰ ਮਾਂ ਬਾਪ ਦੇ ਮਨ ਦੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਜਿਹੜੇ ਆਪਣੇ ਧੀਆਂ ਨੂੰ ਡਾਕਟਰ ਬਣਾਉਣਾ ਚਾਹੁੰਦੀਆਂ ਨੇ। ਸਾਡੇ ਨਾਲ ਇਸ ਸਮੇਂ ਡਾਕਟਰ ਅਨੁਜਾ ਗੁਪਤਾ ਨੇ, ਇਹਨਾਂ ਦੇ ਫਾਦਰ ਡਾਕਟਰ ਵਿਨੋਦ ਗੁਪਤਾ ਖੁਦ ਬਹੁਤ ਅੱਛੇ ਡਾਕਟਰ ਨੇ। ਧੀ ਨੇ ਆਪਣੇ ਪਿਤਾ ਨੂੰ ਦੇਖ ਕੇ ਇਸ ਪੇਸ਼ੇ ਨੂੰ ਚੁਣਿਆ ਅਤੇ ਅੱਜ ਜਿਸ ਹਾਲਾਤ ਦੇ ਵਿੱਚ ਡਾਕਟਰਸ ਲਈ ਡਾਕਟਰਸ ਬਾਰੇ ਚਰਚਾ ਚੱਲ ਰਹੀ ਹੈ, ਉਹ ਲੰਘ ਰਹੀਆਂ ਨੇ ਜਿਸ ਹਾਲਾਤ ਦੇ ਵਿੱਚੋਂ, ਉਹਨਾਂ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਇਹ ਦੱਸੋ ਵੀ ਡਾਕਟਰ ਬਣਨਾ ਤੁਹਾਡੀ ਆਪਣੀ ਚੋਣ ਸੀ ਜਾਂ ਤੁਹਾਡੇ ਫਾਦਰ ਡਾਕਟਰ ਵਿਨੋਦ ਗੁਪਤਾ ਹੋਰਾਂ ਦਾ ਪ੍ਰਭਾਵ ਸੀ ਇਸ 'ਚ? ਨਹੀਂ ਜੀ, ਮੇਰੇ ਮਾਪਿਆਂ ਨੇ ਕਦੇ ਵੀ ਮੈਨੂੰ ਮਤਲਬ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿ ਤੂੰ ਡਾਕਟਰ ਹੀ ਬਣ। ਮੈਂ ਬਚਪਨ ਤੋਂ ਆਪਣੇ ਬਾਪਾ ਨੂੰ ਦੇਖਿਆ ਸੀ ਜਿਵੇਂ ਉਹ ਪੇਸ਼ੈਂਟ ਨੂੰ ਟ੍ਰੀਟ ਕਰਦੇ ਸੀ, ਅੱਗੇ ਮਰੀਜ਼ ਵੀ ਉਹਨਾਂ ਦੇ ਇੰਨੇ ਆਦਰ ਸਤਿਕਾਰ ਕਰਦੇ ਸੀ, ਇਸੇ ਕਰਕੇ ਮੈਂ ਆਪਣੇ ਇਹ ਪ੍ਰੋਫੈਸ਼ਨ ਨੂੰ ਚੁਣਿਆ ਕਿ ਮੈਨੂੰ ਵੀ ਸੀ ਕਿ ਮੈਂ ਵੀ ਲੋਕਾਂ ਬਾਰੇ, ਲੋਕਾਂ ਦੇ ਹਿੱਤ ਵਿੱਚ ਕਰਨਾ, ਲੋਕਾਂ ਲਈ ਭਲਾਈ ਕਰਨੀ ਹੈ, ਇਸ ਕਰਕੇ ਮੈਂ ਇਸ ਪ੍ਰੋਫੈਸ਼ਨ 'ਚ ਆਈ। ਵੈਸੇ ਜਦੋਂ ਤੁਸੀਂ ਹੁਣ ਇਸ ਪ੍ਰੋਫੈਸ਼ਨ 'ਚ ਐਂਟਰ ਕਰ ਰਹੇ ਹੋ ਤਾਂ ਇੱਕ ਅਜਿਹਾ ਮੌਕਾ ਆਇਆ ਜਦੋਂ ਤੁਸੀਂ ਕਲਕੱਤੇ ਦੀ ਘਟਨਾ ਤੋਂ ਸਾਰੇ ਜਣੇ ਵਕਤ ਤੋਂ, ਕੀ ਕੁਛ ਹੋਇਆ ਉੱਥੇ ਕਹਿਣ ਦੀ ਲੋੜ ਨਹੀਂ, ਸਾਰੇ ਦੇਸ਼ ਵਿੱਚ ਪਤਾ, ਪੂਰੇ ਦੇਸ਼ ਦੇ ਵਿੱਚ ਉਸ ਬਾਰੇ ਚਰਚਾ ਚੱਲ ਰਹੀ ਹੈ, ਉਸ ਨੂੰ ਦੇਖਦੇ ਹੋਏ ਤੁਹਾਡੇ ਮਨ ਦੇ ਵਿੱਚ ਕੀ ਸਵਾਲ ਉੱਠਦਾ ਹੈ? ਇਹ ਤਾਂ ਇੱਕ ਜ਼ਰੀਆ ਸੀ ਜਿਸ ਕਰਕੇ ਪੂਰੇ ਦੇਸ਼ ਨੂੰ ਪਤਾ ਲੱਗਿਆ ਕਿ ਹਸਪਤਾਲਾਂ ਵਿੱਚ ਕੀ ਹਾਲ ਚੱਲ ਰਿਹਾ, ਪਰ ਇਹ ਸਿਰਫ ਉਸ ਹਸਪਤਾਲ ਵਿੱਚ ਨਹੀਂ, ਇਹ ਹਰ ਹਸਪਤਾਲ ਦੀ ਹੀ ਕਹਾਣੀ ਹੈ। ਮਤਲਬ ਇੱਥੇ ਫੀਮੇਲ ਡਾਕਟਰਾਂ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਜਾਂਦਾ, ਉਹਨਾਂ ਨੂੰ ਦੇਖ ਕੇ ਸਿਰਫ ਇਹ ਸਮਝਿਆ ਜਾਂਦਾ ਕਿ ਇਹ ਤਾਂ ਸਿਸਟਰ ਨੇ। ਸਾਨੂੰ ਕਦੇ ਵੀ ਇਸ ਪ੍ਰੋਫੈਸ਼ਨ 'ਚ ਮਤਲਬ ਇਹ ਡਾਕਟਰ ਵਾਲੀ ਰਿਸਪੈਕਟ ਨਹੀਂ ਮਿਲੀ, ਸਾਨੂੰ ਦੇਖ ਕੇ ਸਿਸਟਰ ਸਿਸਟਰ ਕਹਿੰਦੇ ਨੇ ਸਾਰੇ। ਜੇਕਰ ਸਾਡੇ ਨਾਲ ਕੋਈ ਮੇਲ ਡਾਕਟਰ ਜਾਂਦਾ ਹੈ, ਉਹਨਾਂ ਨੂੰ ਇੰਨੀ ਆਦਰ ਸਤਿਕਾਰ ਦਿੱਤੀ ਜਾਂਦੀ ਹੈ, ਲੋਕ ਗਲਤ ਨਿਗਾਹਾਂ ਨਾਲ ਦੇਖਦੇ ਨੇ। ਜੇ ਕਿਤੇ ਸਾਡੀ ਨਾਈਟ ਡਿਊਟੀ ਹੁੰਦੀ ਹੈ ਤਾਂ ਸਾਨੂੰ ਉਤਨਾ ਇੰਨਾ ਡਰ ਲੱਗਿਆ ਰਹਿੰਦਾ ਕਿ ਕੁਛ ਹੋ ਨਾ ਜਾਵੇ। ਕਹਿਣ ਤੋਂ ਭਾਵ ਹੈ ਤੁਸੀਂ ਬੜੇ ਔਖੇ ਸਮੇਂ ਦੇ ਵਿੱਚੋਂ ਤੁਸੀਂ ਵੀ ਗੁਜ਼ਰਦੇ ਹੋ, ਅਤੇ ਤੁਹਾਨੂੰ ਕੋਈ ਇਸ ਟਾਈਮ ਜਦੋਂ ਤੁਸੀਂ ਡਾਕਟਰ ਬਣ ਗਏ ਹੋ ਅਤੇ ਤੁਸੀਂ ਹਾਲਾਤ ਦੇਖ ਕੇ ਆਏ ਹੋ ਸਾਰਾ ਕੁਛ, ਤੁਹਾਨੂੰ ਨਹੀਂ ਲੱਗਦਾ ਹੈ ਵੀ ਕੋਈ ਤੁਹਾਡਾ ਫੈਸਲਾ ਉਸ ਸਮੇਂ ਸਹੀ ਸੀ ਜਾਂ ਗਲਤ ਸੀਗਾ ਡਾਕਟਰ ਬਣਨ ਦਾ? ਜਿਸ ਸਮੇਂ ਮੈਂ ਸੋਚਿਆ ਸੀ ਕਰਨ ਨੂੰ, ਉਸ ਵੇਲੇ ਡਾਕਟਰਾਂ ਦੀ ਇੱਜ਼ਤ ਵੀ ਬਹੁਤ ਹੁੰਦੀ ਸੀ, ਲੇਕਿਨ ਅੱਜ ਕੱਲ੍ਹ ਲੋਕਾਂ ਨੇ ਹਰ ਕੋਈ ਮਤਲਬ ਲੋਕਾਂ ਦਾ ਟੈਂਪਰ ਬਹੁਤ ਛੋਟਾ ਹੋ ਗਿਆ। ਉਹਨਾਂ ਨੂੰ ਲੱਗਦਾ ਕਿ ਜੇਕਰ ਉਹਨਾਂ ਦੇ ਪੇਸ਼ੈਂਟ ਨੂੰ ਕੁਛ ਵੀ ਹੋ ਗਿਆ, ਇਹ ਸਿਰਫ ਡਾਕਟਰ ਕਰਕੇ ਹੀ ਹੋਇਆ। ਚਾਹੇ ਮਰੀਜ਼ ਆਪਣੇ ਪੇਸ਼ੈਂਟ ਦਾ ਖਿਆਲ ਨਾ ਰੱਖੇ, ਉਹਨਾਂ ਦਾ ਇਹ ਹੁੰਦਾ ਕਿ ਅਗਰ ਉਹ ਆਪਣੇ ਮਰੀਜ਼ ਨੂੰ ਹੋਸਪਿਟਲ 'ਚ ਲੈ ਆਏ ਨੇ, ਉਹਨਾਂ ਦੀ ਜ਼ਿੰਮੇਵਾਰੀ ਉੱਥੇ ਹੀ ਖਤਮ ਹੋ ਗਈ ਹੈ। ਉਹਨਾਂ ਨੇ ਹੋਸਪਿਟਲ ਦੀ ਫੀਸ ਭਰਦੀ ਹੈ, ਹੁਣ ਉਸ ਉੱਥੇ ਦੇ ਹੋਸਪਿਟਲ ਦੇ ਸਟਾਫ ਦੀ ਅਤੇ ਡਾਕਟਰਾਂ ਦੀ ਹੀ ਜ਼ਿੰਮੇਵਾਰੀ ਹੈ ਉਹਨਾਂ ਦਾ ਪੇਸ਼ੈਂਟ। ਜੇਕਰ ਅਸੀਂ ਉਹਨਾਂ ਦੇ ਪੇਸ਼ੈਂਟ ਨੂੰ ਇੰਨਾ ਵੀ ਕਹੀਏ ਨਾ ਕਿ ਤੁਸੀਂ ਆਪਣੇ ਮਰੀਜ਼ ਨੂੰ ਪਾਸਾ ਦਿਵਾ ਦਿਓ, ਤਾਂ ਵੀ ਉਹ ਸਾਨੂੰ ਇਹ ਕਹਿੰਦੇ ਨੇ ਨਹੀਂ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਅਸੀਂ ਆਪਣਾ ਪੈਸੇ ਦੇਤੇ ਹੈ, ਹੁਣ ਤੁਹਾਡੇ 'ਤੇ ਹੀ ਹੈ, ਤੁਸੀਂ ਸਾਡਾ ਪੇਸ਼ੈਂਟ ਪੂਰਾ ਠੀਕ ਕਰਕੇ ਭੇਜਣਾ ਹੈ, ਅਤੇ ਜੇਕਰ ਕੁਛ ਉੱਨੀ ਸਿੱਕੀਸ ਹੋ ਜਾਂਦੀ ਹੈ ਤਾਂ ਫਿਰ ਇਹ ਡਾਕਟਰਾਂ ਦੀ ਗਲਤੀ ਹੈ, ਉਹਨਾਂ ਨੇ ਸਾਡੇ ਪੇਸ਼ੈਂਟ ਦਾ ਖਿਆਲ ਨਹੀਂ ਦਿੱਤਾ। ਨਹੀਂ, ਇਹ ਲੇਡੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੱਡੀ ਸਮੱਸਿਆ, ਇੱਕ ਓਵਰਆਲ ਦੇ ਵਿੱਚ ਸਮੱਸਿਆ, ਇਹਦਾ ਲੋਕਾਂ ਦੇ ਪੱਖ ਦੀ ਗੱਲ ਹੈ, ਪਰ ਕੀ ਤੁਹਾਡੇ ਜਿਹੜੇ ਕੁਲੀਗ ਨੇ ਹਸਪਤਾਲਾਂ ਦੇ ਵਿੱਚ ਡਾਕਟਰਸ ਅਤੇ ਬਾਕੀ ਸਟਾਫ ਹੈ, ਉਹਦਾ ਕਿਹੋ ਜਿਹਾ ਵਰਤਾਵਾ ਰਹਿੰਦਾ ਕੁੱਲ ਮਿਲਾ ਕੇ? ਜੇ ਉਹ ਤੁਹਾਨੂੰ ਪਤਾ ਹੀ ਹੈ ਜੀ, ਸਾਡੀ ਸੋਸਾਇਟੀ ਲੜਕਿਆਂ ਨੂੰ ਜ਼ਿਆਦਾ ਪ੍ਰੈਫਰ ਕਰਦੀ ਹੈ, ਜੇ ਇਹ ਸਿਚੁਏਸ਼ਨ ਲੜਕੀ ਨਾਲ ਹੁੰਦੀ ਹੈ ਤਾਂ ਸਾਨੂੰ ਤਾਂ ਹੋਰ ਨੀਚੇ ਕਰਕੇ ਦੇਖਿਆ ਜਾਂਦਾ ਕਿ ਤੁਸੀਂ ਕਰ ਨਹੀਂ ਸਕਦੇ, ਤੁਹਾਡੇ 'ਤੇ ਇਹ ਨਹੀਂ ਹੁੰਦਾ। ਲੜਕਿਆਂ ਨੂੰ ਫਿਰ ਵੀ ਹੋ ਜਾਂਦਾ, ਚਲੋ ਕੋਈ ਨਾ, ਉਹਨਾਂ ਨੇ ਟਰਾਈ ਤਾਂ ਕੀਤੀ ਹੋਣੀ, ਲੜਕੀਆਂ ਨੂੰ ਫਿਰ ਵੀ ਬਹੁਤ ਗੰਦੇ ਤਰੀਕੇ ਨਾਲ। ਸਾਡੇ ਸਮਾਜ ਦੇ ਵਿੱਚ ਕਿਹੜੇ ਕਿਹੜੇ ਚੈਲੇਂਜ ਤੁਹਾਡੇ ਸਾਹਮਣੇ ਨੇ ਇਸ ਟਾਈਮ? ਸਾਨੂੰ
ਕਦੇ ਵੀ ਮਤਲਬ ਉਹ ਡਾਕਟਰਾਂ ਵਾਲੀ ਪੇਸ਼ੈਂਟ ਨੂੰ ਇਹ ਲੱਗਦਾ ਕਿ ਸਾਨੂੰ ਕੋਈ ਲੜਕਾ ਆ ਕੇ ਦੇਖ ਕੇ ਜਾਵੇ ਤਾਂ ਅੱਛੇ ਤਰੀਕੇ ਨਾਲ ਇਹ ਤੋਂ ਨਹੀਂ ਹੋਣਾ ਕਿ ਵੀ ਕੁੜੀ ਹੈ, ਨਾਲੇ ਸਾਨੂੰ ਉਹ ਵੀ ਬੜੀ ਦਿੱਕਤ ਆਉਂਦੀ ਕਿ ਰਾਤ ਨੂੰ ਕਿੱਥੇ ਰੁਕੀ ਹੈ, ਕਿਆ ਕੋਈ ਜਗ੍ਹਾ, ਲੜਕੀਆਂ ਨੂੰ ਇੰਨਾ ਇੰਨਾ ਨਹੀਂ ਦੇਖਣਾ ਪੜਦਾ, ਸਾਨੂੰ ਇਹ ਵੀ ਚੀਜ਼ ਬਹੁਤ ਦੇਖਣੀ ਪੈਂਦੀ ਹੈ। ਯਾਨੀ ਕਿ ਸੇਫਟੀ ਕੰਸਰਨ ਤੁਹਾਡਾ ਵੱਡਾ ਕੰਸਰਨ ਹੈ ਇਹਦੇ ਵਿੱਚ। ਤੁਸੀਂ ਕੀ ਸਮਝਦੇ ਹੋ ਵੀ ਕੀ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਹਸਪਤਾਲਾਂ ਦੇ ਵਿੱਚ ਜਾਂ ਆਪਣੇ ਵਰਕ ਪਲੇਸ 'ਤੇ ਜਿਹੜਾ ਸੁਰੱਖਿਅਤ ਮਹਿਸੂਸ ਕਰੋ? ਇਹ ਹੈ ਕਿ ਪ੍ਰੋਪਰ ਜੇ ਕੋਈ ਮਰੀਜ਼ ਹੈ ਤਾਂ ਉਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ, ਅਤੇ ਸਾਨੂੰ ਪ੍ਰੋਪਰ ਇੱਕ ਅੱਡ ਕਮਰਾ ਦਿੱਤਾ ਜਾਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਉਸ ਕਮਰੇ 'ਚ ਜਾ ਕੇ ਰੈਸਟ ਕਰ ਸਕੀਏ, ਅਤੇ ਪੇਸ਼ੈਂਟ ਨਾਲ ਵੀ ਇੱਕ ਹੀ ਅਟੈਂਡੈਂਟ ਅਲਾਓ ਹੋਣਾ ਚਾਹੀਦਾ, ਐਵੇਂ ਨਹੀਂ ਚਾਹੁੰਦਾ ਕਿ ਸਾਰੀ ਮਤਲਬ ਜਨਤਾ ਹੀ ਸਾਥ ਹੀ ਅੰਦਰ ਘੁਸੀ ਜਾ ਰਹੀ ਹੈ ਤਾਂ ਕਿ ਉਹ ਸਾਡੇ ਤਾਂ ਹਾਵੀ ਵੀ ਨਾ ਹੋ ਸਕੀਏ। ਅਤੇ ਉਹਨਾਂ ਨੂੰ ਵੀ ਮੇਨ ਤੋਂ ਉਹੀ ਹੈ ਕਿ ਪੇਸ਼ੈਂਟਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਇਹ ਨਹੀਂ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਪੇਸ਼ੈਂਟ ਨਾਲ ਗੰਦਾ ਹੋਵੇ, ਅਸੀਂ ਵੀ ਆਪਾਂ ਇਸ ਪ੍ਰੋਫੈਸ਼ਨ 'ਚ ਆਏ ਨੇ ਤਾਂ ਅਸੀਂ ਆਏ ਇਸ ਕਰਕੇ ਕਿ ਤੁਹਾਡੀ ਮਤਲਬ ਤੁਹਾਡੀ ਸਮੱਸਿਆ ਨੂੰ ਹੱਲ ਕਰ ਸਕੀਏ, ਪਰ ਪੇਸ਼ੈਂਟ ਅੱਜ ਕੱਲ੍ਹ ਇਹ ਸੋਚਦੇ ਕਿ ਅਸੀਂ ਆਏ ਹਾਂ। ਲੋਕ ਸਮਝਦੇ ਨੇ ਜਿਹੜੇ ਪੇਸ਼ੈਂਟ ਨੇ ਉਹ ਸਮਝਦੇ ਨੇ, ਸਮਝਣ ਲੱਗ ਗਏ ਲੋਕ, ਮੈਂ ਪੇਸ਼ੈਂਟ ਨਹੀਂ ਕਹੂੰਗਾ, ਲੋਕ ਇਹ ਸਮਝਣ ਲੱਗੇ ਵੀ ਅਸੀਂ ਪੈਸੇ ਦੇ ਕੇ ਸਰਵਿਸ ਖਰੀਦ ਰਹੇ ਹਾਂ ਕਿ ਇਹਨਾਂ ਦੀ ਹੀ ਡਿਊਟੀ ਹੈ, ਅਸੀਂ ਪੈਸੇ ਦੇਤੇ ਹਾਂ, ਇਹਨਾਂ ਦਾ ਕੰਮ ਹੈ, ਇਹਨਾਂ ਨੂੰ ਕਰਨਾ ਪਏਗਾ। ਇਹ ਤਾਂ ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਦੇ ਬੇਵਿਸ਼ਵਾਸੀ ਦੀ ਗੱਲ ਹੋ ਗਈ, ਓਵਰਆਲ ਸਮਾਜ ਦੇ ਵਿੱਚ ਵੀ ਤੁਸੀਂ ਕੋਈ ਜਿਹੜੀ ਹੈ ਚੇਂਜ ਮਹਿਸੂਸ ਕਰਦੇ ਹੋ? ਹੁਣ ਤੁਸੀਂ ਇਹੀ ਦੇਖ ਲਓ, ਅਸੀਂ ਡਾਕਟਰ ਆਪਣੇ ਹੱਕ ਲਈ ਸੜਕਾਂ 'ਤੇ ਆਏ ਨੇ, ਜੇ ਕਲਕੱਤਾ ਵਾਲਾ ਸੀਨ ਹੋਇਆ ਉਸ 'ਤੇ ਵੀ ਲੋਕਾਂ ਨੂੰ ਇਹ ਲੱਗਦਾ ਕਿ ਉੱਥੇ ਕਿਉਂ ਚਲੇ ਗਏ, ਸਾਡੇ ਮਰੀਜ਼ਾਂ ਦਾ ਕੀ ਕਸੂਰ ਹੈ, ਲੋਕ ਇਹ ਕਹਿੰਦੇ ਆ ਕਿ ਉਸ ਲੜਕੀ ਨਾਲ ਇਹ ਹੋਇਆ, ਇਹਨਾਂ ਨਾਲ ਵੀ ਇਹੀ ਹੋਣਾ ਚਾਹੀਦਾ ਹੈ ਕਿ ਇਹ ਸਹੀ ਹੈ ਜੋ ਉਹਨਾਂ ਉਸ ਕਰਕੇ ਹੋਇਆ। ਸਮਾਜ ਵੀ ਕਿੱਥੇ ਸਮਝਦੇ, ਉਹਨਾਂ ਨੂੰ ਇਹ ਲੱਗਦਾ ਡਾਕਟਰ ਬਣ ਗਏ ਇਹਨਾਂ ਦੀ ਜ਼ਿੰਮੇਵਾਰੀ ਹੈ, ਇਹ ਹੋਰ ਕੁਛ ਨਹੀਂ ਕਰ ਸਕਦੇ, ਇਹਨਾਂ ਦਾ ਕੋਈ ਹੋਰ ਵੋ ਹੈ ਨਹੀਂ ਗਾ, ਇਹਨਾਂ ਨੂੰ ਸਾਡੇ ਇਹ ਸਿਰਫ ਸਾਡੇ ਕੰਮ ਲਈ ਬਣੇ ਆ, ਸਾਡਾ ਇਲਾਜ ਕਰੋ ਅਤੇ ਜਾਈਏ, ਸਾਨੂੰ ਕੋਈ ਦਿੱਕਤ ਤਕਲੀਫ ਨਹੀਂ ਆਉਣੀ ਚਾਹੀਦੀ ਹੈ। ਈਵਨ ਕਿ ਅਸੀਂ ਡਾਕਟਰ ਸਾਰੇ ਪ੍ਰੋਟੈਸਟ 'ਤੇ ਉਤਰੇ ਹਾਂ, ਲੇਕਿਨ ਫਿਰ ਵੀ ਅਸੀਂ ਐਮਰਜੈਂਸੀ ਸਰਵਿਸਿਜ਼ ਬੰਦ ਨਹੀਂ ਕੀਤੀਆਂ ਨੇ, ਪ੍ਰੋਪਰ ਜੋ ਐਮਰਜੈਂਸੀ ਪੇਸ਼ੈਂਟ ਨੇ ਉਹਨਾਂ ਦੀ ਟ੍ਰੀਟਮੈਂਟ ਚੱਲਦੀ ਪਈ ਹੈ, ਫਿਰ ਵੀ ਲੋਕ ਇੱਦਾਂ ਇੱਦਾਂ ਦੇ ਬੋਲ ਕੇ ਜਾਂਦੇ ਵੀ ਇਹਨਾਂ ਨਾਲ ਤਾਂ ਹੋਣਾ ਹੀ ਇੱਦਾਂ ਚਾਹੀਦਾ, ਜੋ ਹੋਇਆ ਸਭ ਸਹੀ ਹੋਇਆ। ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਸਮਾਜ ਦੇ ਵਿੱਚ ਤੁਹਾਨੂੰ ਸਹਿਯੋਗ ਮਿਲਣਾ ਚਾਹੁੰਦਾ ਹੈ ਉਹਦੀ ਕਿਤੇ ਨਾ ਕਿਤੇ ਕਮੀ ਹੈ ਜੀ? ਬਿਲਕੁਲ ਹੈਗੀ, ਵੀ ਇਹਨਾਂ ਨੂੰ ਜੇਕਰ ਬਾਕੀ ਲੋਕ ਸਮਝਣ ਲੱਗ ਜਾਣ ਕਿ ਕੀ ਹੋਇਆ ਸਾਡੇ ਨਾਲ, ਅਗਰ ਇਹ ਲੋਕ ਸਾਡੀ ਸਪੋਰਟ ਵਿੱਚ ਉਤਰ ਜਾਣ ਤਾਂ ਸਾਨੂੰ ਕੀ ਲੋੜ ਹੈ ਕਿ ਅਸੀਂ ਐਸੇ ਹਸਪਤਾਲਾਂ ਨੂੰ ਬੰਦ ਕਰਕੇ ਰੋਡ 'ਤੇ ਉਤਰੀਏ? ਅਗਰ ਇਹ ਆਮ ਜਨਤਾ ਸਾਡੇ ਫੇਵਰ 'ਚ ਆ ਕੇ ਬਾਹਰ ਪ੍ਰੋਟੈਸਟ ਕਰੇ ਤਾਂ ਅਸੀਂ ਕਿਉਂ ਹਸਪਤਾਲ ਦੀ ਸਰਵਿਸਿਜ਼ ਬੰਦ ਕਰੀਏ? ਹੁਣ ਤੁਸੀਂ ਦੇਖੋ, ਹਰ ਮਤਲਬ ਹਰ 12 ਤੋਂ 15 ਮਿੰਟ 'ਚ ਕਿਸੇ ਡਾਕਟਰ ਨੂੰ ਥੱਪੜ ਪੈ ਰਿਹਾ, ਕਿਸੇ ਨਾਲ ਅਸੋਲਟ ਹੋ ਰਿਹਾ, ਹੁਣ ਤਾਂ ਇਹ ਤਾਂ ਮਤਲਬ ਲਿਮਿਟ ਹੀ ਆ ਗਿਆ ਕਿ ਅਸੀਂ ਆਪਣੀ ਵਰਕ ਪਲੇਸ ਵੀ ਸੇਫ ਨਹੀਂ ਹੈਗੇ, ਅੱਧੀ ਰਾਤ ਨੂੰ ਇਹ ਸਭ ਕੁਛ ਹੋ ਰਿਹਾ। ਹਰ 15 ਮਿੰਟ 'ਚ ਕੋਈ ਨਾ ਕੋਈ ਇੱਕ ਨਿਊਜ਼ ਆਉਂਦੀ ਹੈ ਕਿ ਕਿਸੇ ਡਾਕਟਰ ਨੂੰ ਥੱਪੜ ਪੈ ਹੋ ਗਿਆ, ਕਿਸੇ ਡਾਕਟਰਾਂ ਨੂੰ ਮਾਰਪਿੱਟ ਕਰਦੀ, ਇਹ ਸਭ ਹੈ। ਦੋਸਤੋ, ਡਾਕਟਰ ਸਾਹਿਬ ਨੇ ਜੋ ਕੁਛ ਕਿਹਾ ਇਹ ਸਾਡੇ ਸਮਾਜ ਨੂੰ, ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਇੱਕ ਡਾਕਟਰ ਜਿਹਨੂੰ ਅਸੀਂ ਰੱਬ ਤੋਂ ਬਾਅਦ ਦੂਜਾ ਇੱਕ ਰੂਪ ਦਿੰਦੇ ਹਾਂ, ਜਿਹਦੇ 'ਤੇ ਆਪਣੀ ਸਾਰੀ ਜ਼ਿੰਦਗੀ ਛੱਡਦੇ ਹਾਂ, ਜੇ ਉਹ ਸਮਾਜ ਦੇ ਵਿੱਚ ਆਪਣੇ ਆਪ ਨੂੰ ਇਸ ਪੱਧਰ ਤੱਕ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਜਿਹੜੀ ਇਸ ਪੇਸ਼ੇ ਦੇ ਵਿੱਚ ਆ ਰਹੀ ਹੈ, ਇਹ ਸਭ ਕੁਛ ਮਹਿਸੂਸ ਕਰ ਰਹੀ ਹੈ, ਇਹਦਾ ਸਾਡੇ ਸਮਾਜ ਦੇ ਵਿੱਚ ਕੋਈ ਬਹੁਤਾ ਚੰਗੇਰਾ ਪ੍ਰਭਾਵ ਨਹੀਂ ਪਵੇਗਾ ਅਗਰ ਅਸੀਂ ਜੋ ਇਹਨਾਂ ਦੀ ਬਣਦੀ ਥਾਂ ਹੈ ਇਹਨਾਂ ਨੂੰ ਨਹੀਂ ਦੇਵਾਂਗੇ ਅਤੇ ਇਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਇੰਸ਼ੋਰ ਨਹੀਂ ਕਰਾਂਗੇ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ।